ਕਲਗੀ ਰੰਗ ਨਿਆਰੇ, ਸਾਰੇ ਜਾਵਣ ਉਸ ਤੋਂ ਵਾਰੇ। ਸਿਰ ਤੇ ਕਲਗੀ ਰੰਗ ਨਿਆਰੇ, ਸਾਰੇ ਜਾਵਣ ਉਸ ਤੋਂ ਵਾਰੇ। ਪਰ ਬਹੁਤ ਹੀ ਖੂਬਸੂਰਤ, ਬਹੁਤ ਜ਼ਿਆਦਾ। ਵੈਸੇ ਮੈਂ ਇੱਕ ਗੱਲ ਕਹਾਂ ਜੀ, ਕਲਗੀ ਤਾਂ ਸਿਰਫ ਤੇ ਸਿਰਫ ਇੱਕੋ ਸ਼ਖਸ ਸੀ ਜਿਹਦੇ ਸਭ ਤੇ ਸੋਭਦੀ ਸੀ, ਉਹ ਸੀ ਮੇਰੇ ਕਲਗੀਆਂ ਵਾਲਾ। ਇਹ ਤਾਂ ਹੈ ਜੀ, ਹੈ ਨਾ ਜੀ। ਉਹਨਾਂ ਦੀ ਕਲਗੀ ਤਾਂ ਕੀ ਰੀਸਾਂ ਨੇ, ਖੈਰ ਇਹ ਤਾਂ ਬੁਝਾਰਤ ਹੈ, ਤੋ ਬੁਝਾਰਤ ਦਾ ਜਵਾਬ ਆਪਾਂ ਬੁਝਾਰਤ ਦੇ ਵਿੱਚ ਹੀ ਦੇਵਾਂਗੇ, ਬਿਲਕੁਲ। ਠੀਕ ਹੈ ਨਾ ਜੀ। ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਹਾਂਜੀ। ਅਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜ਼ਰੂਰ ਲਿਖਿਓ। ਖੈਰ, ਅਤੇ ਇਹ ਸੀ ਜੀ ਆਪ ਜੀ ਦਾ ਸਿਰ 'ਤੇ ਕਲਗੀ ਰੰਗ ਨਿਆਰੇ। ਇਹ ਹੈ ਜੀ ਮੋਰ, ਕਿਉਂਕਿ ਮੋਰ ਦੇ ਸਿਰ 'ਤੇ ਕਲਗੀ ਜੀ ਹੁੰਦੀ ਹੈ, ਬੜੀ ਹੁੰਦੀ ਹੈ ਨਾ, ਅਤੇ ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰਾ ਲੱਗਦਾ, ਬਹੁਤ ਹੀ ਪਿਆਰਾ ਜਿਹਾ ਲੱਗਦਾ ਹੈਗਾ। ਜੀ ਜੀ ਜੀ, ਜਿਹੜਾ ਵੀ ਬੰਦਾ ਉਹਨੂੰ ਦੇਖਦਾ ਹੈਗਾ, ਉਹਨੂੰ ਸਾਰਿਆਂ ਨੂੰ ਉਹ ਭਾ ਜਾਂਦਾ। ਹਾਂ, ਕਿਸ ਕਿਸ ਨੂੰ ਮੋਰ ਪਸੰਦ ਹੈ ਉਹ ਵੀ ਦੱਸੋ ਜੀ ਕਮੈਂਟ ਕਰਕੇ। ਠੀਕ ਹੈ ਜੀ। ਉਹਦੀ ਆਵਾਜ਼ ਵੀ ਹੋਣੀ ਮਿੱਠੀ ਜੀ ਹੁੰਦੀ ਹੈ, ਬਹੁਤ ਸੌਫਟ ਸੌਫਟ। ਅਗਲੀ ਬਾਜ਼ਾਰ ਜੀ, ਸਾਵਣੀ ਨੈਕਸਟ ਬਾਜ਼ਾਰ ਹੈਗੀ ਆ ਜੀ। ਸ਼ੀਸ਼ੇ ਦਾ ਮੈਂ ਮਹਿਲ ਬਣਾਇਆ, ਵਿੱਚ ਬਿਠਾਈ ਰਾਣੀ, ਸਿਰ ਤੇ ਅੱਗ ਤੇ ਢਿੱਡ 'ਚ ਪਾਣੀ। ਪਹਿਲੀ ਗੱਲ ਨੇਹਾ ਜੀ, ਮੈਂ ਬੈਠ ਰਿਹਾ ਹੁਣ ਭੁੱਖ ਹੜਤਾਲ ਤੇ। ਕਿਉਂ? ਤੁਸੀਂ ਮਹਿਲ ਬਣਾ ਲਿਆ, ਮੈਨੂੰ ਬੁਲਾਇਆ ਤੱਕ ਨਹੀਂ, ਹੱਦ ਹੋ ਗਈ। ਤੁਸੀਂ ਵੀ ਨਾਲੇ ਬਣਾ ਰਹੇ ਸੀਗੇ। ਮੈਂ ਕਿੱਥੇ ਬਣਾਇਆ, ਇਕੱਲੇ ਇਕੱਲੇ ਬਣਾ ਕੇ ਮਕਾਨ ਰਹਿਣ ਰੱਖ ਪਏ ਹੈ, ਉਹ ਵੀ ਸ਼ੀਸ਼ੇ ਦਾ। ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦ ਬਣਾ ਲਿਆ, ਫਿਰ ਹੁਣ ਕੀ ਕਰ ਸਕਦਾ। ਯੂਟਿਊਬ ਤੇ ਵੀਡੀਓ ਪਾ ਕੇ ਇੰਨੇ ਪੈਸੇ ਕਮਾ ਲਏ ਕਿ ਸ਼ੀਸ਼ੇ ਦਾ ਮਹਿਲ ਬਣਾ ਲਿਆ। ਅੱਗ ਲਾਉਂਗਾ, ਅੱਗ ਲਾਓ ਲਾਓ। ਹਾਂ, ਨਹੀਂ ਸੱਚੀ ਗੱਲ ਹੈ। ਹਾਂ, ਮੁੜ ਕੇ ਬਾਜ਼ਾਰ ਤੇ ਆਓ, ਆ ਜਾਂਦੇ ਆ। ਸ਼ੀਸ਼ੇ ਦਾ ਮੈਂ ਮਹਿਲ ਬਣਾਇਆ, ਵਿੱਚ ਬਿਠਾਈ ਰਾਣੀ, ਸਿਰ ਤੇ ਅੱਗ ਢਿੱਡ 'ਚ ਪਾਣੀ। ਤੁਸੀਂ ਮੇਰੀ ਗੱਲ ਤਾਂ ਨਹੀਂ ਕੀਤੀ, ਲੇਕਿਨ ਮੈਨੂੰ ਲੱਗ ਤਾਂ ਰਿਹਾ ਇਹ 'ਚ ਪਾਣੀ ਹੋਊਗਾ ਬਹੁਤ ਸਾਰਾ ਭਰਿਆ। ਨਹੀਂ, ਖਾਲੀ ਹੈ। ਉਹੀ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤੁਹਾਡੀ। ਮੰਨ ਲੈਂਦੇ ਆ। ਤੇ ਇਹਦਾ ਵੈਸੇ ਤਾਂ ਆਪਣੇ ਨਾਲ ਕੋਈ ਵਾਹ ਵਾਸਤਾ ਹੈ ਨਹੀਂ, ਆਪਾਂ ਯੂਜ ਨਹੀਂ ਕਰਦੇ, ਲੇਕਿਨ ਜਿਹੜੇ ਸਾਡੇ ਹਰਿਆਣੇ ਦੇ ਵੀਰ ਨੇ ਉਹ ਬੜਾ ਯੂਜ ਕਰਦੇ ਨੇ। ਹਾਂਜੀ, ਉਹ ਤਾਂ ਜਦੋਂ ਅਸੀਂ ਜਾਂਦੇ ਹਾਂ ਨਾ ਕਦੀ ਤਾਂ ਆਉਂਦਾ ਰੋਡ ਹੀ, ਉਹ ਕਦੀ ਇੱਕ ਨੂੰ ਦੂਜੇ ਨੂੰ ਲੈ ਭਾਈ ਐਂ ਕਰਦੇ ਹੁੰਦੇ ਨੇ, ਇੱਕ ਦੂਜੇ ਨੂੰ ਸ਼ੇਅਰ ਕਰਦੇ ਨੇ। ਠੀਕ ਹੈ, ਤੇ ਉਹਨੂੰ ਕਹਿੰਦੇ ਨੇ ਹੁੱਕਾ। ਅੱਛਾ। ਸ਼ੀਸ਼ੇ ਦਾ ਮੈਂ ਮਹਿਲ ਬਣਾਇਆ, ਵਿੱਚ ਬਿਠਾਈ ਰਾਣੀ, ਸਿਰ ਤੇ ਅੱਗ ਬਰਦਨ 'ਚ ਢਿੱਡ 'ਚ ਪਾਣੀ। ਹੁੱਕਾ ਸ਼ੀਸ਼ੇ ਦੀ ਨਹੀਂ ਹੁੰਦਾ ਹੈਗਾ, ਸ਼ੀਸ਼ੇ ਦਾ ਨਹੀਂ ਹੁੰਦਾ। ਜੇ ਸ਼ੀਸ਼ੇ ਦਾ ਹੁੱਕਾ ਹੀ ਹੁੰਦਾ ਮੈਡਮ ਜੀ। ਨਹੀਂ ਹੁੰਦਾ ਸ਼ੀਸ਼ੇ ਦਾ ਹੁੱਕਾ। ਚਲੋ, ਜੇ ਸ਼ੀਸ਼ੇ ਦਾ ਹੁੱਕਾ ਨਹੀਂ, ਹਾਂ ਉਹ ਹੁੱਕਾ ਸ਼ੀਸ਼ੇ ਦਾ ਨਹੀਂ ਹੁੰਦਾ। ਚਲੋ, ਫਿਰ ਇਹਦਾ ਜਵਾਬ ਆਏਗਾ ਲਾਲਟੇਨ। ਕਿਵੇਂ? ਲਾਲਟੇਨ ਜਿਹੜਾ ਹੈ ਉਹ ਜਿਹੜਾ ਹੈ ਸ਼ੀਸ਼ੇ ਦੀ ਬਣੀ ਹੁੰਦੀ ਹੈ। ਠੀਕ ਹੈ, ਉੱਥੇ ਰੋਸ਼ਨੀ ਨਿਕਲਦੀ ਹੈ, ਉੱਤੋਂ ਧੂਆ ਨਿਕਲ ਆਉਂਦਾ। ਥੱਲੇ ਜਿਹੜਾ ਤੁਸੀਂ ਪਾਣੀ ਕਿਹਾ ਨਾ, ਉਹ ਪਾਣੀ ਨਹੀਂ ਹੁੰਦਾ, ਉਹ ਹੁੰਦਾ ਤੇਲ ਜਿਹਾ ਹੁੰਦਾ ਕੁਛ, ਉਹਨੂੰ ਤੁਸੀਂ ਪਾਣੀ ਕਿਹਾ। ਕਾਲਾ ਤੇਲ ਕਹਿ ਸਕਦੇ ਹਾਂ ਆਪਾਂ। ਮਿੱਟੀ ਦਾ ਤੇਲ ਹੁੰਦਾ ਉਹ, ਹੈ ਨਾ ਜੀ। ਹਾਂਜੀ, ਕੋਈ ਜ਼ਮਾਨੇ 'ਚ ਉਹੀ ਪ੍ਰਧਾਨ ਹੁੰਦਾ ਸੀ ਭਾਈ, ਮਿੱਟੀ ਦਾ ਤੇਲ ਹੀ, ਹੁਣ ਕੋਈ ਪੁੱਛਦਾ ਨਹੀਂ। ਆਪਾਂ ਨੂੰ ਅੱਜ ਵੀ ਦੇਖਣ ਨੂੰ ਮਿਲਦੇ ਆ ਕਿਤੇ ਸਾਰੀ ਜਗ੍ਹਾ। ਪਹਿਲੇ ਨਾ ਕੀ ਹੁੰਦਾ ਸੀ, ਉਹ ਨਾ ਇੱਕ ਪਊਆ ਜਿਹਾ ਨਹੀਂ ਹੁੰਦਾ ਸੀ, ਪਊਆ ਜਿਹਾ ਸ਼ਰਾਬ ਦੀ ਬੋਤਲ ਦਾ ਪਊਆ ਜਿਹਾ ਹੁੰਦਾ, ਉਹਦੇ ਵਿੱਚ ਨਾ ਉਹ ਬੱਤੀ ਜੀ ਪਾ ਕੇ, ਮਿੱਟੀ ਦਾ ਤੇਲ ਪਾ ਕੇ ਬੱਤੀ ਜੀ ਪਾ ਕੇ ਨਾ ਢੱਕਣ ਬੰਦ ਕਰਕੇ ਉਹਦਾ ਵੀ ਦੀਆ ਬਣਾਇਆ ਜਾਂਦਾ ਸੀਗਾ। ਮੈਂ ਵੀ ਆਈ ਥਿੰਕ ਦੇਖਿਆ ਹੈਗਾ ਇਹ। ਬਾਈ, ਕਿਹਨੇ ਕਿਹਨੇ ਦੇਖਿਆ ਹੋ ਜਾ ਦੱਸਿਓ ਕਮੈਂਟ ਕਰਕੇ, ਮੈਂ ਜ਼ਰੂਰ ਦੇਖਿਆ ਨਿੱਕੇ ਹੁੰਦੇ। ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਇਸ ਵਾਰ ਮੈਂ ਤਾਂ ਲਾਲਟਨ ਵੀ ਦੇਖੀ ਆ। ਇਦਾਂ ਮੈਂ ਲਾਲਟਨ ਦੇਖੀ ਨਾ, ਫਿਲਮਾਂ ਨਹੀਂ ਦੇਖੀਆਂ। ਫਿਲਮਾਂ 'ਚ ਤਾਂ ਦੇਖੀ ਆ ਰਿਹਾ। ਫਿਲਮਾਂ 'ਚ ਉਹ ਆਉਂਦਾ ਨਹੀਂ ਚੌਕੀਦਾਰ, ਯਹਾਂ ਪੇ 20 ਸਾਲ ਸੇ ਕੋਈ ਨਹੀਂ ਰਹਿ ਰਹਾ। ਨਹੀਂ ਸਰ, 20 ਸਾਲ ਤੋਂ ਕੋਈ ਰਹਿ ਹੀ ਨਹੀਂ ਰਿਹਾ, ਤੂੰ ਚੌਕੀਦਾਰੀ ਕਾਹਦੀ ਕਰ ਰਹੇ ਹੈ? ਸੋਚਣ ਵਾਲੀ ਗੱਲ ਹੈ, ਜੇ 20 ਸਾਲ ਤੋਂ ਕੋਈ ਰਹਿ ਨਹੀਂ ਰਿਹਾ ਭਾਈ, ਚੌਕੀਦਾਰੀ ਕਾਹਦੀ ਕਰ ਰਹੇ ਹੋ? ਲੇਕਿਨ ਚਲੋ, ਜੋ ਵੀ ਹੈ, ਖੈਰ ਅੱਗੇ ਬੁਝਾ। ਜੇ ਕੁਛ ਹੈ ਤਾਂ ਹੀ ਰਹਿ ਰਿਹਾ ਜਨਾਬ, ਯਹਾਂ 20 ਸਾਲ ਤੋਂ ਕੋਈ ਨਹੀਂ ਰਹਿ ਰਿਹਾ। ਸਾਡੀ ਨੈਕਸਟ ਬਾਜ਼ਾਰ ਤਾਂ ਹੈਗੀ ਹੈ ਜੀ, 12 ਗਲਾਸ 3 ਚਮਚੇ। 12 ਗਲਾਸ 3 ਚਮਚੇ, ਇਹ ਤਾਂ ਤੱਕ ਹੈ। ਜੇ ਤੁਸੀਂ ਮੈਂਗੋ ਸ਼ੇਕ ਬਣਾ ਕੇ ਦਿੱਤਾ ਕਿਸੇ ਨੂੰ,
ਤੇ ਵਿੱਚ ਪਾਏ ਨੇ ਕਾਜੂ ਬਦਾਮ, ਤੇ ਅਗਲੇ ਨੇ ਹੁਣ 12 ਗਿਲਾਸ ਹੈਗੇ 3 ਚਮਚੇ ਨੇ ਮੈਂਗੋ ਸ਼ੇਕ ਤੇ ਪੀਜਾ। ਜਿਹੜਾ ਕਾਜੂ ਬਦਾਮ ਉਹਨੂੰ ਖਾਣ ਲਈ ਚਮਚੇ ਤਾਂ ਚਾਹੀਦੇ ਹੋਣਗੇ ਨਾ, ਚਮਚੇ ਕਿਉਂ ਘੱਟਣੇ? ਧੱਕਾ ਨਹੀਂ ਹੈਗਾ ਬਾਈ, ਦੱਸੋ 12 ਗਿਲਾਸ ਤੇ 3 ਚਮਚੇ ਆਉਣ ਲਈ, ਇਹ ਤਾਂ ਬਹੁਤ ਬੜਾ ਧੱਕਾ, ਇਹਦੇ ਖਿਲਾਫ਼ ਤਾਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਹੀ ਜਵਾਬ ਬੱਚੇ ਨੂੰ ਪਤਾ ਹੋਏਗਾ, ਕਮੈਂਟ ਬਾਕਸ ਵਿੱਚ ਆਣਗੇ ਹਨੇਰੀ, ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਵੱਧ ਤੋਂ ਵੱਧ। ਹਾਂਜੀ, ਇਹਦਾ ਜਵਾਬ ਹੈ ਘੜੀ। ਕਿੰਨੇ? 12, 1, 2, 3, 4, 5, 6, 7, 8, 9, 10, 11, 12, 12 ਇਹਨਾਂ ਨੂੰ ਤੁਸੀਂ ਕਿਹਾ ਗਿਲਾਸ, ਤੇ 3 ਚਮਚੇ ਤੁਸੀਂ ਕਿਹਾ ਉਹ ਹੈ ਮਿੰਟ, ਸੈਕਿੰਡ ਤੇ ਘੰਟੇ ਵਾਲੀ ਸੂਈ। ਹਾਂਜੀ, ਕਿਆ ਮੰਨ ਗਏ? ਇਹਦਾ ਸਹੀ ਜਵਾਬ ਸੀਗਾ ਜੀ ਘੜੀ। ਅੱਜ ਵੀਡੀਓ ਸਿਰਫ ਇੰਨਾ ਹੀ, ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਲੈ ਕੇ ਆਈ ਸੀ, ਆਣ ਦੋ ਫਿਰ, ਕੋਈ ਗੱਲ ਨਹੀਂ, ਦੇਖੋ ਤੁਸੀਂ ਸਾਡਾ ਦਿਲ, ਆਣ ਦੋ ਸਾਡੀ ਨੈਕਸਟ ਵਜ਼ਾਰ ਤੇ ਜੀ, ਆਣ ਦੋ, ਕੋਈ ਗੱਲ ਨਹੀਂ, ਆਣ ਦੋ, ਬੋਲੋ ਬੋਲੋ। ਪੰਜੋ ਮੰਡਾ ਪਾਣ ਤੇ, ਖੈਰੇ ਮੰਡਾ ਖਾਣ ਤੇ, ਪੰਜਾਬੋ ਕੁੜੀ ਲੰਘਾਣ ਤੇ। ਸੁਖਪਾਲ ਖੈਰਾ ਜੀ ਦੀ ਗੱਲ ਕੀਤੀ ਹੈ ਖੈਰੋ? ਨਾ ਜੀ, ਮੈਂ ਕਿਸੇ ਦੀ ਕੋਈ ਗੱਲ ਨਹੀਂ ਕੀਤੀ, ਮੈਂ ਜਸਟ ਆਪਣੀ ਬਾਜ਼ਾਰ ਤੱਕ ਹੀ ਸੀਮਤ। ਦੇਖੋ ਜੀ, ਸੁਖਪਾਲ ਖੈਰਾ ਜੀ ਬਾਰੇ ਕੁਛ ਨਹੀਂ ਬੋਲਣਾ, ਉਹ ਸਾਡੇ ਸੰਗਰੂਰ ਤੋਂ ਚੋਣ ਲੜ ਰਹੇ ਨੇ, ਠੀਕ ਹੈ? ਜੇ ਉਹ ਜਿੱਤ ਗਏ, ਉਹਨਾਂ ਨੇ ਕਹਿਣਾ ਆਹ ਕੁੜੀ ਨੇ ਮੇਰੇ ਬਾਰੇ ਬੋਲਿਆ ਸੀ। ਕੋਈ ਨਹੀਂ, ਮੈਂ ਵੀ ਸੰਗਰੂਰ ਤੋਂ ਹੀ ਆ, ਦੇਖ ਲਾਂਗੇ ਫਿਰ ਆਪਾਂ ਵੀ। ਐਵੇਂ ਕਿਵੇਂ ਦੇਖ ਲਾਂਗੇ? ਖਜ਼ਰਾ ਸਾਹਿਬ ਦੇਖ ਲਓ ਕੀ ਬੋਲਦੀ ਹੈ, ਆਈ ਲਵ ਯੂ। ਮੈਂ ਨਹੀਂ ਬੋਲਿਆ ਖਜ਼ਰਾ ਸਾਹਿਬ ਕੁਛ ਵੀ, ਇਹਨੇ ਕਿਹਾ ਲਵ ਯੂ, ਨਹੀਂ ਲਵ ਯੂ ਨਹੀਂ, ਮੈਂ ਲਵ ਯੂ ਕਿਹਾ। ਤਾਂ ਪਹਿਲਾਂ ਲੱਭਣਗੇ? ਨਹੀਂ, ਮੈਨੂੰ ਕੁਛ ਨਹੀਂ ਕਹਿੰਦੇ, ਮੇਰਾ ਤਾਂ ਪਿਆਰੀ ਬੜਾ ਖਜ਼ਰਾ ਸਾਹਿਬ। ਚਲੋ ਜੀ, ਜਵਾਬ ਦਿਓ। ਹਾਂ ਖੈਰ, ਤੇ ਮੈਂ ਕਿੱਥੇ ਸੀ? ਹਾਂ ਖੈਰਾ ਮੰਡਾ ਕੀ ਸੀਗਾ? ਪੰਜੇ ਮੰਡਾ ਖਾਣ ਪਾਣ ਤੇ, ਪੰਜੇ ਮੰਡਾ ਪਾਣ ਤੇ, ਅੱਛਾ ਜੀ, ਖੈਰੇ ਮੰਡਾ ਖਾਣ ਤੇ, ਖੈਰੇ ਮੰਡਾ ਖਾਣ ਤੇ, ਪੰਜਾਬੋ ਕੁੜੀ ਲੰਘਾਣ ਤੇ, ਪੰਜਾਬੋ ਕੁੜੀ ਲੰਘਾਣ ਤੇ। ਬੁੱਝੋ ਯਾਰ, ਬੜੀ ਇੰਟਰਸਟਿੰਗ ਬੁਝਾਰਤ ਹੈ ਤੇ ਬੜੀ ਪੁਰਾਣੀ ਬੁਝਾਰਤ ਹੈ, ਬਹੁਤ ਪੁਰਾਣੀ ਹੈ, ਬਹੁਤ ਜ਼ਿਆਦਾ। ਹਾਂਜੀ, ਜ਼ਿਆਦਾਤਰ ਵੀਰਾ ਭੈਣਾਂ ਨੂੰ ਤਾਂ ਸਮਝ ਵੀ ਨਹੀਂ ਆਣੀ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਤਾਂ ਸਮਝਣਗੇ, ਉਹਨਾਂ ਨੂੰ ਤਾਂ ਬਿਲਕੁਲ ਨਹੀਂ, ਉਹ ਪਤਾ ਕੀ ਕਹਿਣਗੇ, ਕਹਿਣਾ ਕਿਆ ਚਾਹਤੇ ਹੋ। ਸਹੀ ਬਾਤ ਹੈ, ਇਹਦਾ ਜਵਾਬ ਹੈ ਜੀ, ਦੇਖੋ 3 ਜਵਾਬ ਨੇ ਇਹਦੇ, ਦੱਸੋ ਤੁਸੀਂ ਕਹਿ ਰਹੇ ਹੋ ਖੈਰਾ ਮੰਜਾ, ਪੰਜੇ ਮੰਡਾ ਪਾਣ ਤੇ, ਪੰਜੇ ਮੰਡਾ ਪਾਣ ਤੇ, ਪੰਜ ਤਾਂ ਹੋ ਗਿਆ ਉਂਗਲੀਆਂ, ਅੱਗੇ ਖੈਰੇ ਮੰਡਾ ਖਾਣ ਤੇ, ਖੈਰਾ ਹੋ ਗਿਆ ਮੂੰਹ, ਖੈਰੇ ਮੰਡਾ ਖਾਣ ਤੇ, ਆ ਲਓ ਮੂੰਹ, ਅੱਗੇ ਗੁਲਾਬੋ, ਪੰਜਾਬੋ ਕੁੜੀ ਲੰਘਾਣ ਤੇ, ਪੰਜਾਬੋ ਹੋ ਗਈ ਜੀਭ, ਕੁੜੀ ਲੰਘਾਣ ਮਤਲਬ ਰੋਟੀ, ਜਿਹੜੀ ਕੁੜੀ ਉਹਨੂੰ ਕਿਹਾ ਤੁਸੀਂ, ਮਤਲਬ ਕਿ ਸਿੰਪਲ ਜਿਹਾ ਆਨਸਰ ਹੈ ਇਹਦਾ, ਇੱਕ ਹੱਥ ਹੈ, ਤੁਸੀਂ ਰੋਟੀ ਖਾ ਰਹੇ ਹੋ, ਪੰਜ ਉਂਗਲਾਂ ਨਾਲ ਚੱਕੀ ਹੈ, ਮੂੰਹ ਵਿੱਚ ਪਾਈ ਹੈ ਤੇ ਅੱਗੇ ਲੰਘਾਈ, ਅੰਗ ਅੰਦਰ ਲਗਾ ਲਈ ਹੈ, ਠੀਕ ਹੈ ਨਾ ਜੀ, ਤੇ ਬਸ ਸਮਝ ਗਏ। ਇਹਦਾ ਸਹੀ ਜਵਾਬ ਸੀਗਾ ਜੀ ਹੱਥ, ਮੂੰਹ ਤੇ ਜੀਭ, ਬਿਲਕੁਲ ਸਹੀ ਜਵਾਬ ਹੈ ਨਾ ਜੀ। ਜਿਹਨਾਂ ਜਿਹਨਾਂ ਨੇ ਕਮੈਂਟ ਰਾਹੀਂ ਸਹੀ ਜਵਾਬ ਦਿੱਤੇ, ਬਹੁਤ ਬਹੁਤ ਧੰਨਵਾਦ, ਤੇ ਬਸ ਅੱਜ ਵੀਡੀਓ ਸਿਰਫ ਇੰਨਾ ਹੀ, ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ, ਅਗਰ ਤੁਹਾਡੇ ਕੋਲ ਕੋਈ ਬਜ਼ਾਰਤ ਆਉਂਦੀ ਆ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ, ਬਜ਼ਾਰੇ ਦੇ ਨਾਲ ਨਾਲ ਆਪਣਾ ਨਾਮ, ਪਿੰਡ ਦਾ ਨਾਮ ਲਿਖਣਾ ਨਾ ਭੁੱਲਿਆ ਕਰੋ, ਅਗਰ ਤੁਸੀਂ ਜਵਾਬ ਕਮੈਂਟ ਕਰ ਰਹੇ ਹੋ ਤਾਂ ਉਹਦੇ ਨਾਲ ਵੀ ਆਪਣਾ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ। ਬਿਲਕੁਲ, ਤੇ ਮੀਂਹ ਆਉਣਾ ਸ਼ੁਰੂ ਹੋ ਚੁੱਕਿਆ, ਇਸ ਤੋਂ ਪਹਿਲਾਂ ਕਿ ਮੀਂਹ ਬਹੁਤ ਤੇਜ਼ ਆਏ ਆਪਾਂ ਵੀਡੀਓ ਨੂੰ ਸਮਾਪਤੀ ਕਰਦੇ ਹਾਂ। ਅਖੀਰ ਦੇ ਵਿੱਚ ਇੱਕ ਛੋਟੀ ਬੇਨਤੀ ਕਰਦਾ, ਵੋਟਾਂ ਆਉਣ ਵਾਲੀਆਂ ਨੇ, ਹਾਂਜੀ, ਵੋਟ ਪਾਉਣ ਜ਼ਰੂਰ ਜਾਇਓ ਭਾਈ, ਠੀਕ ਹੈ ਜੀ, ਇਹ ਦੇਖ ਕੇ ਵੋਟ ਨਹੀਂ ਪਾਉਣੀ ਕਿ ਇਹ ਸਾਡੇ ਧਰਮ ਦਾ, ਸਾਡੀ ਬਰਾਦਰੀ ਦਾ ਜਾਂ ਸਾਡੇ ਪਿੰਡ ਦਾ ਬੰਦਾ, ਇਹ ਦੇਖ ਕੇ ਵੋਟ ਪਾਉਣੀ ਹੈ ਕਿ ਇਹ ਬੰਦਾ ਜਿਹੜਾ ਹੈ ਇਹ ਵਿਕਾਸ ਕਰੇਗਾ, ਠੀਕ ਹੈ, ਜਿਹੜਾ ਬੰਦਾ ਤੋਂ ਤੁਹਾਨੂੰ ਉਮੀਦ ਹੈ ਕਿ ਇਹ ਬੰਦਾ ਵਿਕਾਸ ਕਰੇਗਾ ਉਹਨੂੰ ਵੋਟ ਪਾ ਦਿਓ, ਭਾਵੇਂ ਜਿੱਦਾਂ ਦਾ ਵੀ ਹੈ, ਮਤਲਬ ਕਿ ਲਾਏ ਲੱਗ ਨਾ ਬਣੋ, ਥੋੜਾ ਜਿਹਾ ਆਪਣਾ ਮਾਈਂਡ ਆ ਜਿਹੜਾ ਇਹਨੂੰ ਵੀ ਚਲਾਓ, ਵਿਕਾਸ ਨੂੰ ਵੋਟ ਪਾਓ ਯਾਰ, ਧਰਮ ਨੂੰ ਛੱਡ ਦਿਓ, ਇਹ ਸਾਰੀ ਚੀਜ਼ਾਂ, ਇਹ ਸਭ ਇਹ ਬਾਤ ਦੀ, ਵਿਕਾਸ ਨੂੰ ਵੋਟ ਪਾਓ, ਜਿਹੜਾ ਬੰਦਾ ਵਿਕਾਸ ਕਰੇ ਬਈ, ਬਹੁਤ ਗੱਲਾਂ ਨੇ ਕਰਨ ਵਾਲੀਆਂ, ਛੋਟੀ ਜਿਹੀ ਵੀਡੀਓ ਵਿੱਚ ਗੱਲਾਂ ਨਹੀਂ ਹੁੰਦੀਆਂ, ਵਿਕਾਸ ਨੂੰ ਵੋਟ ਪਾਓ, ਮੈਂ ਤਾਂ ਇਹੀ ਕਹਾਂਗਾ, ਬਾਕੀ ਮਰਜ਼ੀ ਤੁਹਾਡੀ, ਜਦੋਂ ਮਰਜ਼ੀ ਪਾ ਸਕਦੇ ਪਾ ਸਕਦੇ, ਆਜ਼ਾਦ ਹੋ। ਮਿਲਦੇ ਨੈਕਸਟ ਵੀਡੀਓ ਵਿੱਚ, ਬਾਏ ਬਾਏ।